ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਪ੍ਰਦਰਸ਼ਨਕਾਰੀਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਬੁੱਧਵਾਰ ਦੇਰ ਰਾਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਕੇਸ਼ ਟਕੈਤ ਚੰਡੀਗੜ੍ਹ ਪਹੁੰਚੇ। ਉਹਨਾਂ ਪਹਿਲਾਂ ਮਟਕਾ ਚੌਂਕ ਵਿੱਚ ਪੱਕਾ ਮੋਰਚਾ ਲਾਈ ਬੈਠੇ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਟਕੈਤ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਜਿਹੜੇ ਲੋਕ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਅੰਦੋਲਨ ਵਿੱਚ ਹਿੱਸਾ ਨਹੀਂ ਲੈ ਸਕਦੇ ਨੇ, ਉਹ ਚੰਡੀਗੜ੍ਹ ਦੇ ਮੁੱਖ ਚੌਂਕਾਂ ਵਿੱਚ ਸ਼ਾਂਤਮਈ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ਕਰਨ। ਉਹਨਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ਼ ਸ਼ੁਰੂ ਹੋਇਆ ਸੰਘਰਸ਼ ਅੱਜ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਗੂਗਲ ਮੈਪ ਵਿੱਚ ਮਟਕਾ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ ਰੱਖੇ ਜਾਣ ਲਈ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕੇਂਦਰ ਦੀ ਲੋਕ ਵਿਰੋਧੀ ਸਰਕਾਰ ਵਿਰੁੱਧ ਅੰਦੋਲਨ ਲੰਬਾ ਚੱਲੇਗਾ ਅਤੇ ਮਟਕਾ ਚੌਂਕ ਵਿੱਚ ਬਾਬਾ ਲਾਭ ਸਿੰਘ ਦਾ ਬੁੱਤ ਵੀ ਲਗਾਇਆ ਜਾਵੇਗਾ। ਸਰਦਾਰ ਜੀ ਉੱਧਰ ਹੀ ਜਰਾ
अगर जमीन को ना पड़े तो खेती नहीं होती। हम तो ठीक ठाक जमीन को भी उथल पुथल करते रहे तो आंदोलन है भाई, उथल पुथल होती रहेगी। केंद्र सरकार को मिली नहीं गई, कहाँ है पिछले 6 महीने से मिली नहीं, आया नहीं कोई। अभी अभी कोई आएगा तो बात करेंगे। अरे आगे बैठे हुए हम क्या रहे हैं? रास्ता खोलो, 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 ठीक है, चलो भाई, धन्यवाद आप सबका। देखो भाई, चलो चलो जी, ठीक है। जो कानून है तीन लाख कानून वापसी हो, एमएसपी पे गारंटी कानून बनाए। संदेश ही है कि अपना प्रोग्राम चलाते रहे, ये संदेश है। अभी तक जो सरकार का रवैया है, सरकार मान नहीं रही है, रवैया ठीक नहीं है सरकार का। क्या करेंगे अगला स्टेप क्या होगा? अगला हमारा प्रोग्राम है, चलता रहेगा प्रोग्राम जब तक सरकार नहीं माननी चलता रहेगा। धन्यवाद सबका भाई, धन्यवाद भाई। ये लो जी महाराज जी, आ नहीं जाए चंडीगढ़ विच बंदे।